ਤੇ ਆਧਾਰਿਤ ਇੱਕ ਫਿਲਮ ਆ ਰਹੀ ਹੈ ਦੱਸ ਦਈਏ ਕਿ ਮੀਡੀਆ ਦੇ ਹਵਾਲੇ ਤੋਂ ਇੱਕ ਖਬਰਾਂ ਸਾਹਮਣੇ ਆਈਆਂ ਨੇ ਕਿ ਹੁਣ ਸਿੱਧੂ ਮੂਸੇਵਾਲਾ ਦੇ ਉੱਤੇ ਫਿਲਮ ਬਣੇਗੀ ਇਹ ਫਿਲਮ ਉਸ ਡਾਇਰੈਕਟਰ ਦੇ ਵੱਲੋਂ ਬਣਾਈ ਜਾ ਰਹੀ ਹੈ ਜਿਸ ਨੇ ਬਾਲੀਵੁੱਡ ਨੂੰ ਬਹੁਤ ਸਾਰੀਆਂ ਥ੍ਰਿਲਰ ਮੂਵੀਆਂ ਦਿੱਤੀਆਂ ਨੇ ਤਾਂ ਦੱਸ ਦਈਏ ਕਿ ਹੁਣ ਮੂਸੇਵਾਲਾ ਦੇ ਉੱਤੇ ਬੀਤੇ ਦਿਨੀ ਇੱਕ ਕਿਤਾਬ ਆndi ਹੈ ਔਰ ਉਸ ਕਿਤਾਬ ਦੇ ਰਾਈਟਸ ਖਰੀਦੇ ਗਏ ਨੇ ਜਿਸ ਦੇ ਆਧਾਰ ਦੇ ਉੱਤੇ ਹੀ ਫਿਲਮ ਬਣਾਈ ਜਾਏਗੀ ਤਦ ਆਸ ਹੈ ਕਿ ਬਦਲਾਪੁਰ ਅਤੇ ਅੰਦਾ ਤੁਨ ਵਰਗੀਆਂ ਫਿਲਮਾਂ ਬਣਾਉਣ ਵਾਲੇ ਪ੍ਰੋਡਿਊਸਰ ਡਾਇਰੈਕਟਰ ਸ਼੍ਰੀ ਰਾਮ ਰਾਗਵਨ ਖੁਣ ਰੀਅਲ ਲਾਈਫ ਦੇ ਉੱਤੇ ਫਿਲਮ ਬਣਾਉਣ ਜਾ ਰਹੇ ਨੇ ਖਬਰਾਂ ਇਹ ਵੀ ਨੇ ਕਿ ਉਹਨਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਦਾ ਕਿਸ ਤਰੀਕੇ ਦੇ ਨਾਲ ਕਤਲ ਕੀਤਾ ਗਿਆ ਮੂਸੇ ਵਾਲਾ ਕਿਵੇਂ ਇੰਡਸਟਰੀ ਚ ਪੈਰ ਰੱਖਦਾ ਉਸ ਦੀ ਕਿਵੇਂ ਚੜਾਈ ਹੁੰਦੀ ਹੈ ਤੇ ਫਿਰ ਉਸ ਦਾ ਕਤਲ ਕਿਵੇਂ ਕਰ ਦਿੱਤਾ ਜਾਂਦਾ ਹੈ ਇਸ ਤੇ ਆਧਾਰ ਦੇ ਉੱਤੇ ਇੱਕ ਫਿਲਮ ਬਣਾਉਣ ਜਾ ਰਹੇ ਨੇ ਤਿਆਰੀ ਕੀਤੀ ਜਾ ਰਹੀ ਹੈ ਤਾਂ ਉਹਨਾਂ ਦੇ ਪ੍ਰੋਡਕਸ਼ਨ ਹਾਊਸ ਨੇ ਇਸ ਦਾ ਐਲਾਨ ਕੀਤਾ ਹੈ ਕਿ ਉਹਨਾਂ ਨੇ ਕਿਤਾਬ ਹੂ ਕਿਲਡ ਮੂਸੇ ਵਾਲਾ ਦੇ ਰਾਈਟਸ ਖਰੀਦੇ ਨੇ ਤੇ ਹੁਣ ਮੂਸੇ ਵਾਲਾ ਦੇ ਕਤਲ ਅਤੇ ਉਸ ਦੇ ਨਜ਼ਦੀਕ ਜੋ ਵੀ ਘਟਨਾਵਾਂ ਹੋਈਆਂ ਕਿਵੇਂ ਉਹ ਸਿਆਸਤ ਦੇ ਵਿੱਚ ਆਇਆ ਕਿਵੇਂ ਇੰਡਸਟਰੀ ਦਾ ਉਹ ਚਿਹਰਾ ਸਾਹਮਣੇ ਆਇਆ ਜਿਸ ਨੇ ਇਹ ਬਿਆਨ ਕੀਤਾ ਕਿ ਇੰਡਸਟਰੀ ਦੇ ਵਿੱਚ ਸਿੰਗਰਾਂ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਪੰਜਾਬ ਦੇ ਵਿੱਚ ਨਸ਼ਾ ਕਿਵੇਂ ਵਧਿਆ ਪੰਜਾਬ ਦੇ ਗੈਂਗਸਟਰਾਂ ਦਾ ਅਤਵਾਦੀਆਂ ਦੇ ਨਾਲ ਸੰਬੰਧ ਕਿਵੇਂ ਬਣਿਆ ਤਾਂ ਅਜੇ ਹੀ ਜਿਹੜੇ ਕੁਝ ਘਟਨਾਵਾਂ ਨੇ ਉਹਨਾਂ ਦੇ ਉੱਤੇ ਵੀ ਆਧਾਰਿਤ ਇਹ ਫਿਲਮ ਹੋਏਗੀ ਤਾਂ ਦੱਸਿਆ ਇਹ ਕਿ ਮੂਸੇ ਵਾਲਾ ਕਤਲ ਹੋਤੇ ਉਸਦੇ ਆਸ-ਪਾਸ ਜੁੜੀਆਂ ਕਈ ਘਟਨਾਵਾਂ ਨੂੰ ਸ਼੍ਰੀ ਰਾਮ ਰਾਗਵਨ ਖੁਨ ਆਪਣੀ ਫਿਲਮ ਦੇ ذریعے ਆਪਣੀ ਡਾਇਰੈਕਸ਼ਨ ਦੇ ذریعے ਸਾਰਿਆਂ ਦੇ ਸਾਹਮਣੇ ਪੇਸ਼ ਕਰਨਗੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿਸ ਦੇ ਫੈਨ ਪੂਰੀ ਦੁਨੀਆ ਦੇ ਵਿੱਚ ਮੌਜੂਦ ਨੇ ਇੱਕ ਅਜਿਹਾ ਸਿੰਗਰ ਜਿਸ ਦੇ ਫੈਨ ਤਕਰੀਬਨ 100 ਦੇਸ਼ਾਂ ਤੋਂ ਵੱਧ ਜਿਹੜੇ ਕੰਟਰੀਜ਼ ਦੇ ਵਿੱਚ ਮੌਜੂਦ ਨੇ ਔਰ ਮੂਸੇਵਾਲਾ ਦਾ ਨਾਮ ਜਿਸ ਨੂੰ ਕਿਸੇ ਪਹਿਚਾਨ ਦੀ ਜ਼ਰੂਰਤ ਨਹੀਂ ਹੈ ਪਰ ਇੱਕ ਵਾਰ ਫਿਰ ਸਾਰਿਆਂ ਦੇ ਸਾਹਮਣੇ ਇਹ ਨਾਮ ਚਰਚਾ ਦਾ ਵਿਸ਼ਾ ਬਣਿਆ ਹੈ ਕਿਉਂਕਿ ਮੂਸੇ ਵਾਲਾ ਦੇ ਜੀਵੰਤ ਤੇ ਆਧਾਰਿਤ ਇੱਕ ਫਿਲਮ ਆ ਰਹੀ ਹੈ ਹਾਲਾਂਕਿ ਮੂਸੇਵਾਲਾ ਦੀ ਟੀਮ ਦੇ ਵੱਲੋਂ ਜਾਂ ਉਸਦੇ ਮਾਪਿਆਂ ਦੇ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਮੂਸੇਵਾਲਾ ਦਾ ਪੰਜਵਾਂ ਗਾਣਾ ਜਿਹੜਾ ਰਿਲੀਜ਼ ਹੋਣ ਜਾ ਰਿਹਾ ਤਾਂ ਮਾਪਿਆਂ ਦੀ ਤੇ ਟੀਮ ਦੀ ਸਹਿਮਤੀ ਤੋਂ ਬਿਨਾ ਮੂਸੇਵਾਲਾ ਦਾ ਕੋਈ ਵੀ ਪ੍ਰੋਜੈਕਟ ਜਾਂ ਉਸ ਦੇ ਉੱਤੇ ਆਧਾਰਿਤ ਕੋਈ ਵੀ ਪ੍ਰੋਜੈਕਟ ਨਹੀਂ ਆ ਸਕਦਾ ਤਾਂ ਹੁਣ ਦੇਖਣਾ ਹੋਏਗਾ ਕਿ ਮੂਸੇਵਾਲਾ ਦੇ ਮਾਤਾ ਪਿਤਾ ਇਸ ਖਬਰ ਦੇ ਉੱਤੇ ਇਸ ਸਾਲਾਮ ਦੇ ਉੱਤੇ ਕੀ ਰਿਐਕਟ ਕਰਦੇ ਨੇ ਉਹਨਾਂ ਦੇ ਵੱਲੋਂ ਕੀ ਬਿਆਨ ਦਿੱਤਾ ਜਾਂਦਾ ਹੈ ਬਰਦਾਸ਼ੀਏ ਕੀ ਖੂ ਕਿਲਡ ਸਿੱਧੂ ਮੂਸੇਵਾਲਾ ਇਸ ਫਿਲਮ ਦੇ ਉੱਤੇ ਇੱਕ ਮੂਵੀ ਬਣਨ ਜਾ ਰਹੀ ਹੈ ਇਹ ਮੂਵੀ ਬਾਲੀਵੁੱਡ ਦੇ ਪ੍ਰੋਡਿਊਸਰ ਡਾਇਰੈਕਟਰ ਸ਼੍ਰੀ ਰਾਮ ਰਾਧਵਨ ਬਣਾ ਰਹੇ ਨੇ ਜਿਨ੍ਹਾਂ ਨੇ ਬਾਲੀਵੁੱਡ ਨੂੰ ਬਹੁਤ ਥ੍ਰਿਲਰ ਮੂਵੀਜ਼ ਦਿੱਤੀਆਂ ਨੇ ਤਾਂ ਹੁਣ ਉਹ ਰੀਅਲ ਲਾਈਫ ਸਟੋਰੀ ਦੇ ਉੱਤੇ ਫਿਲਮ ਬਣਾਉਣ ਜਾ ਰਹੇ ਨੇ ਹਾਲਾਂਕਿ ਇੱਕ ਖਬਰ ਮੂਸੇਵਾਲਾ ਦੇ ਫੈਨਸ ਦੇ ਲਈ ਵੀ ਕਿਸ ਤਰੀਕੇ ਦੀ ਸਾਬਤ ਹੁੰਦੀ ਹੈ ਜਾਂ ਮੂਸੇਵਾਲਾ ਦੇ ਮਾਪਿਆਂ ਦੇ ਲਈ ਜਾਂ ਟੀਮ ਦੇ ਲਈ ਕਿਸ ਤਰੀਕੇ ਦੀ ਸਾਬਤ ਹੁੰਦੀ ਹੈ ਜਦੋਂ ਉਹਨਾਂ ਦਾ ਕੋਈ ਬਿਆਨ ਸਾਹਮਣੇ ਆਉਂਦਾ ਹੈ ਜਾਂ ਉਹਨਾਂ ਦੇ ਵੱਲੋਂ ਕੋਈ ਸਟੇਟਮੈਂਟ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਹੀ ਪਤਾ ਚੱਲੇਗਾ